ਅਸਲਾਮ ਵਾਲੇਕਮ ਜੀ ਇਹ 10/20 ਫੁੱਟ ਦਾ ਇਹ ਹौज ਏ 3 ਫੁੱਟ ਹੈ ਗਹਿਰਾ ਇਹਦੇ ਵਿੱਚ ਗੋਬਰ ਦੀ ਵੇਸਟੇਜ ਤੇ ਸਾਰੀ ਇਕੱਲੇ ਵੀ ਸੁਟੇ ਨੇ ਬਾਕੀ ਵੀ ਆ ਜਿਹੜੀ ਫਰੋਟ ਸਬਜ਼ੀ ਇਹ ਉਹ ਸਾਰਾ ਇਹਦੇ ਸੁੱਟਦੇ ਆ ਇਹਦਾ ਪਾਣੀ ਇੱਥੋਂ ਬਾਹਰ ਨਿਕਲਦਾ ਐਸ ਡਰਮ ਦੇ ਵਿੱਚ ਪੱਥਰ ਮਿਨੋਰ ਇਹ ਕਿਨੂੰ ਇਹ ਸਾਡਾ ਦੂਸਰਾ 3 3 ਇੰਚ ਵਾਲਾ ਟਿਊਬੋ ਲੈ ਇਹਦਾ ਪਾਣੀ ਖਰਾਬ ਹੈ ਇਹਦਾ ਪਾਣੀ ਵੀ ਇੱਥੋਂ ਆਉਂਦਾ ਹੈ ਇਹ 10x10 ਫੁੱਟ ਦਾ ਫਰਮੈਂਟਰ ਜਿਹੜਾ ਵੇਜ ਦੇ ਕੰਪੋਜ਼ਰ ਵਾਸਤੇ ਵੇ ਇਹ ਉਹ ਦੇਸੀ ਮਧਾਨੀ ਇਹ ਥੱਲੇ ਇਹਦੇ ਇੱਕ 베ARING ਲੱਗਣਾ ਹੈ ਇਹ ਕਾ ਇੱਥੇ ਗਾਰਡਰ ਦੇ ਨਾਲ ਅਸੀਂ ਅਜੇ ਨਹੀਂ ਲਾਇਆ ਲੇਕਿਨ ਤੁਸੀਂ ਇਹ ਲਗਾਇਆ ਜੇ ਫਿਰ ਇਹਦੇ ਨਾਲ ਬਹੁਤ ਹੀ ਈਜ਼ੀ ਆਸਾਨੀ ਨਾਲ ਘੁਮੇਗੀ ਹੁਣ ਵੀ ਬਹੁਤ ਆਸਾਨੀ ਨਾਲ ਘੁੰਮ ਜਾਂਦੀ ਹੈ ਐ ਵੇਖੋ ਤੇ ਲੇਕਿਨ ਫਿਰ ਵੀ ਇਹਦਾ ਹੀ ਤੂੰ ਥੱਲਿਉਂ ਪਾਏ ਪੇ ਇਹ ਜਿਹੜਾ ਇਹ ਵੀ ਇੱਥੇ ਇਹਦਾ ਵਾਲ ਇਹ ਵੀ ਇੱਥੇ ਆ ਜਾਂਦਾ ਉਹਦਾ ਪਾਣੀ ਵੀ ਇੱਥੇ ਆ ਜਾਂਦਾ ਫਿਰ ਅੱਗੇ ਖਾਲੇ ਚਲਾ ਜਾਂਦਾ ਐ ਸਰ ਕਿਨੂਆ ਵਾਲਾ ਇੱਕ ਡਰਮ ਹੈ ਵੇ ਇਹ ਉਹ ਗੋਏ ਦੀ ਥਾਪੀਆਂ ਜਿਨ੍ਹਾਂ ਨਾਲ ਦੇਸੀ ਐਨਪੀਕੇ ਬਣਦੀ ਏ ਇੱਕ ਡਰਮ ਹੈ ਬਣਾਇਆ ਇੱਕ ਡਰਮ ਕਿਨੂਆ ਵਾਲਾ ਹੈ ਵੇ ਇੱਕ ਹੈ ਵੇ ਜੀ ਚਾਹ ਮਿਹਰਬਾਨੀ ਨਾਲ ਬਹੁਤ ਬਹੁਤ ਸ਼ੁਕਰੀਆ